पैसे लाए, पैसों की कहदी हवा वा, मैं उत्थे ला के आई हूँ, दो साल मैं ला के आई, पैसे ने वापस कर दूंगी। किन्ने के पैसे लाए? पैसे हुण कुड़ी वालों ये गल कही जाती है कि जेडे इन्होंने पैसे लाए आ वो मैं वापस कर दूंगी। 25-30 lakh इन्होंने लाया, मुंडे वाले ने लाया। हाँ तो फिर लाया है, कोई बड़ी गल नहीं, आपके मुंडे पिछे लाया, इन्हों भी ऐसी भी मैं बुलाऊंगी बाहर जाके। नहीं फिर यह जी की औकड़ सी भी तुसी कुछ टाइम तो गल करते कहते बिल्कुल ही गल बंद हो गई। पहली बार ये मामला आया, 25-30 lakh रुपया ला के कुड़ी कनेडा जाके मुकरी आ, कुड़ी भी बिच खड़ी आ, मुंडे का परिवार भी बिच खड़ा कर गया। मैं माफ़ी भी चाहना अज क्योंकि गला खराब है, पर जिहड़ी समस्या जिहड़ा मुद्दा वो तुहाडे तक लैके आना भी मेरा फर्ज है। पहला मैं गलबात है जिहड़ी वो कुड़ी दे नाल ही शुरू करांगा कि मामला की है। सत श्री अकाल माता जी। सत श्री अकाल। की मामला की है? बेटे देख लो भी थोनू पता ही हैगा है ना, भी जट जिमीदार कोले केड़ा भी घरे पए हुंदे आ, पैली वेच के असी 1.5 किला फिर असी बेटे का विआह करके इहनू पैसे ला के बाहर असी भेजता, इन्हां ने साडे बेटे नू नहीं उत्थे बुलाया, फिर असी इहनू बाहरों बुलाया, असी कहा भी तू इधर आ, जो इधर आ गई इहदा फिर मैं पासपोर्ट फड़ लिया। नहीं कोई तो बुलाया नहीं बेटे ना, गलबात होंदी सी कुड़ी दी? घट वध होंदी सी, नहीं होंदी सी, गलबात करदी नहीं सी। बेटा जानी मैनू कहिंदा सी वी मां अपने नाल धोखा हो गया ते मेरे नाल गलबात नहीं करदी। मैं कह दिंदी सी कोई गल नहीं बेटा, पढ़न गई होगी, वह ऐं होगा, बाहर जाके बहुत मजबूरियां बन जांदियां, ते कह दिंदा सी नहीं मां अपने नाल धोखा हो गया। ते चलो इहदे विच फिर साडे बेटे ने जो ना कोई गल बनी ते फिर कहण लग्गा नहीं मां, फिर असीं इहनूं इधर जो बुलाया गया ਲਿਆਂਦਾ, ਜਦੋਂ ਇਹ ਆਉਣ ਸਾਰੀ ਮੈਂ ਇਹਦੇ ਬੈਕ ਚੈੱਕ ਕਰਕੇ ਪਾਸਪੋਰਟ ਮੈਂ ਆਪਦੇ ਕਬਜ਼ੇ ਦੇ ਅੰਦਰ ਕਰ ਲਿਆ। ਪਾਸਪੋਰਟ ਆ ਜਿਹੜੇ ਇਹਨਾਂ ਦਾ ਮਤਲਬ ਲੁਕੋਇਆ ਗਿਆ ਕਿਉਂਕਿ ਪਰਿਵਾਰ ਦੇ ਵੱਲੋਂ ਇਹ ਕਹਿਣਾ ਕਿ ਗੱਲ ਨਹੀਂ ਕੀਤੀ, ਤੁਸੀਂ ਆਪਦੇ ਹਸਬੈਂਡ ਦੇ ਨਾਲ ਗੱਲ ਨਹੀਂ ਕਰਦੇ ਸੀ। ਕਾਹਦੀਆਂ ਗੱਲਾਂ ਭਾਅ ਜੀ, ਤੁਹਾਨੂੰ ਕਿਹੜਾ ਪਤਾ ਨਹੀਂ ਹੈ, ਇਹ ਇੰਡੀਆ ਥੋੜ੍ਹੀ ਆ, ਉੱਥੇ ਜਾ ਕੇ ਕੈਨੇਡਾ ਦੇ ਵਿੱਚ ਆਪਦੀਆਂ ਸ਼ਿਫਟਾਂ ਲਾਉਣੀਆਂ ਪੈਂਦੀਆਂ ਨੇ, ਪਹਿਲਾਂ ਪੜ੍ਹਾਈ ਕਰਨੀ ਪੈਂਦੀ ਹੈ, ਪੜ੍ਹਾਈ ਕਰਨ ਤੋਂ ਬਾਅਦ ਪਾਰਟ ਟਾਈਮ ਵਰਕਿੰਗ ਕਰਨੀ ਪੈਂਦੀ ਹੈ, ਅਤੇ ਜੇ ਮੈਂ ਤੁਸੀਂ ਇਹ ਕਹੋ ਕਿ ਮੈਂ ਫੋਨ 'ਤੇ 2-2 ਘੰਟੇ ਗੱਲਾਂ ਮਾਰਾਂ ਤਾਂ ਇਹ ਤਾਂ ਪੋਸੀਬਲ ਹੈ ਨਹੀਂ ਸੀਗਾ। ਨਹੀਂ ਨਹੀਂ ਫਿਰ ਤੁਹਾਡੇ 'ਤੇ ਜਿਹੜੇ ਇਹਨਾਂ ਨੇ ਪੈਸਾ ਦੱਸਦੇ ਆ ਔਕੜ ਤਾਂ ਫਿਰ ਇਹਨਾਂ ਨੂੰ ਆਈ ਹੈ ਨਾ, ਇਹਨਾਂ ਨੂੰ ਵੀ ਸਮਝਣਾ ਚਾਹੀਦਾ ਸੀ, ਜੇ ਮੈਂ ਗਈ ਹਾਂ ਤਾਂ ਥੋੜ੍ਹਾ ਟਾਈਮ ਵੇਟ ਵੀ ਕਰਨੀ ਚਾਹੀਦੀ। ਯਾਨੀ ਕਿ ਉਰੇ ਨੂੰ ਹੋ ਜਾਓ ਜੀ। ਅੱਛਾ ਪੈਸੇ ਵਾਪਸ ਕਰਨ ਦੀ ਗੱਲ ਕਹਿ ਰਹੀ ਆ ਕੁੜੀ, ਤੁਹਾਡੀ ਕੀ ਗੱਲ ਹੋਈ ਆ? ਵਾਪਸੀ ਵਾਲੀ ਗੱਲ ਤਾਂ ਮਤਲਬ ਹੋ ਹੀ ਨਹੀਂ ਸਕਦੀ ਜੀ। ਜੀ ਬਈ ਚੰਗੇ ਭਲੇ ਨੇ ਤਾਂ ਮਤਲਬ ਬੇਟੇ ਨੂੰ ਸੈੱਟ ਕਰਨ ਦੇ ਮਾਰਿਆਂ ਨੇ, ਮਤਲਬ ਇਹਨਾਂ ਨੇ ਡਿਮਾਂਡ ਕੀਤੀ ਸੀ ਵੀ ਸਾਨੂੰ ਮਤਲਬ ਕੁੜੀ ਆਈਲੈਟਸ ਨੰਬਰ ਆਏ ਵੇ ਆ, ਅਸੀਂ 25 lakh ਰੁਪਈਆ ਲਾਇਆ, 1.5 lakh ਉੱਡ ਗਿਆ ਜੀ ਮੇਰਾ ਤਾਂ, ਪੂਰਾ 1.5 lakh ਕਿੱਲਾ ਉੱਡ ਗਿਆ ਮੇਰਾ। ਹੁਣ ਇਹਦੇ ਪਰਿਵਾਰ ਦਾ ਪਰਿਵਾਰ ਕੁੜੀ ਦਾ ਪਰਿਵਾਰ ਵੀ ਖੜਾ, ਪਰ ਗੱਲ ਕਦੋਂ ਕਦੋਂ ਬੰਦ ਹੋਣੀ ਹੋ ਗਈ ਸੀ ਮੁੰਡੇ ਦੇ ਨਾਲ, ਕਿੰਨੇ ਟਾਈਮ ਵੱਧ ਹੋ ਗਈ ਸੀ? ਇਹ ਮਾੜਾ ਮੋਟਾ ਫੋਨ ਚੱਕਦੀ ਸੀ, ਮੁੰਡੇ ਦਾ ਫੋਨ ਹੀ ਨਹੀਂ ਚੱਕਿਆ ਜੀ ਇਹਨੇ, ਪਤਾ ਲੱਗ ਗਿਆ ਸਾਨੂੰ ਵੀ ਦਾਜ ਕੁਛ ਕਾਲਾ। ਕੋਈ ਦੁਬਾਰਾ ਵੀ ਪੈਸੇ ਪਵਾਏ ਨੇ ਤੁਹਾਡੇ ਕੋਲ? ਇੱਕ ਵਾਰੀ ਤਾਂ ਜਾਣ ਵੇਲੇ ਪਾਤੇ, ਉਦੋਂ ਕੋਈ ਫੀਸ ਦੇ, ਦੁਬਾਰਾ ਵੀ ਕੋਈ ਪੈਸੇ ਪਾਏ ਤੁਸੀਂ 25 lakh ਤੋਂ ਬਿਨਾਂ? ਹਾਂਜੀ ਹਾਂਜੀ, ਦੁਬਾਰਾ ਪਾਉਂਦੇ ਰਹੇ, ਕਿਤੇ ਲੱਖ ਕਿਤੇ 2 lakh ਰੁਪਏ, 3-4 ਕਿਸ਼ਤਾਂ ਦੇ ਵਿੱਚ ਸਭ ਤੋਂ 3-4 lakh ਰੁਪਏ ਬਾਅਦ 'ਚ ਵੀ ਲੈ ਗਈ ਜੀ। ਕਿਉਂ ਮਾਤਾ ਜੀ? ਹਾਂ ਅਸੀਂ ਕਈ ਵਾਰਾਂ ਜੀ ਇਹਨਾਂ ਤੋਂ ਚੋਰੋਂ ਵੀ ਮਾਂ ਪੁੱਤ ਪੈਸੇ ਪਾ ਦਿੰਦੇ ਸੀ, ਅਸੀਂ ਮੈਂ ਕਹਿੰਦੇ ਹੁੰਦੇ ਸੀ ਆਪਦੇ ਬਾਪੂ ਜੀ ਨੂੰ ਨਾ ਦੱਸਿਓ, ਆਪਾਂ ਪੈਸੇ ਬੇਟੇ ਪਾ ਦਿੰਦੇ ਹਾਂ, ਕੋਈ ਗੱਲ ਨਹੀਂ ਤੁਹਾਨੂੰ ਬੁਲਾਊਗੀ। ਫਿਰ ਮੈਨੂੰ ਕਹਿੰਦਾ ਮਾਂ ਤੂੰ ਤਾਂ ਆਪਾਂ ਤਾਂ 2 ਕਿੱਲੇ ਵੇਚ ਕੇ ਹੋਰ ਪਾ ਦੇ, ਮੈਨੂੰ ਫੇਰ ਵੀ ਨਹੀਂ ਬੁਲਾਉਣਾ। ਨਹੀਂ ਤੁਹਾਡਾ ਬੇਟਾ ਨਹੀਂ ਆਇਆ ਇੱਥੇ ਪੰਚਾਇਤ ਦੇ ਵਿੱਚ? ਸਾਡਾ ਬੇਟਾ ਬੇਟੇ ਇਸ ਗੱਲ ਦੀ ਵਿੱਚ ਨਾ ਬਹੁਤ ਜ਼ਿਆਦਾ ਸ਼ਰਮ ਮੰਨਦਾ ਜੀ, ਉਹ ਕਹਿਣ ਲੱਗਿਆ ਵੀ ਮਾਂ ਮੈਂ ਨਹੀਂ ਉੱਥੇ ਜਾ ਸਕਦਾ, ਉਹ ਪਿੰਡੋਂ ਵੀ ਬਾਹਰ ਰਹਿਣ ਲੱਗ ਗਿਆ। ਜਦੋਂ ਨਾਲ ਦੇ ਸਾਥੀ ਕਹਿਣ ਲੱਗ ਜਾਣ ਨਾ ਕੀ ਗੱਲ, ਤੇਰੇ ਘਰ ਵਾਲੀ ਤੇਰੇ ਨਾਲ ਗੱਲ ਨਹੀਂ ਕਰਦੀ, ਤੈਨੂੰ ਕਿਉਂ ਨਹੀਂ ਬੁਲਾਇਆ, 2 ਸਾਲ ਹੋ ਗਏ, 3 ਸਾਲ ਹੋ ਗਏ ਗਈ ਨੂੰ। ਉਹ ਕਹਿੰਦਾ ਮਾਂ ਮੈਂ ਨਹੀਂ ਲੋਕਾਂ ਦੇ ਤਾਨੇ ਝੱਲ ਸਕਦਾ, ਮੈਂ ਪਿੰਡੋਂ ਬਾਹਰ ਰਹਿਣਾ ਰਹਿ ਮਨਜ਼ੂਰ ਹੈ, ਪਰ ਅੱਜ ਮੈਂ ਇਕੱਠ ਦੇ ਵਿੱਚ ਵੀ ਨਹੀਂ ਜਾ ਸਕਦਾ। ਇੱਕ ਮਾਮਲਾ ਨਹੀਂ, ਬਹੁਤ ਸਾਰੇ ਮਾਮਲੇ ਆ, ਕਿਤੇ ਮੁੰਡਿਆਂ ਦੇ ਵੱਲੋਂ ਵੀ ਇਹ ਗਲਤੀਆਂ ਕੀਤੀਆਂ ਜਾਂਦੀਆਂ, ਕਦੇ ਕੁੜੀ ਦੇ ਵੱਲੋਂ ਵੀ ਇਹ ਗਲਤੀਆਂ ਕੀਤੀਆਂ ਜਾਂਦੀਆਂ। ਕੁੜੀ ਦੇ ਫਾਦਰ ਸਾਹਿਬ ਵੀ ਖੜੇ ਆ, ਜਿਨ੍ਹਾਂ ਦਾ ਮੂੰਹ ਬੰਨਿਆ, ਇੱਧਰੋਂ ਫੇਸ ਬੰਨੇ ਹੋਏ ਆ। ਮੈਂ ਇਹ ਦੱਸ ਦੇਣਾ ਚਾਹੁੰਦਾ ਕੀ ਕਹੋਗੇ ਜਿਹੜੀ ਤੁਹਾਡੀ ਕੁੜੀ ਨੇ ਹਰਕਤ ਕੀਤੀ ਆ, ਕਿਉਂਕਿ ਇਹਨਾਂ ਨੇ ਹੁਣ ਭੁਲੇਖੇ ਦੇ ਨਾਲ ਕਿਸੇ ਤਰੀਕੇ ਦੇ ਨਾਲ, ਮੈਂ ਥੋੜ੍ਹੀ ਜਿਹੀ ਇੱਕ ਗੱਲ ਹੋਰ ਪੁੱਛ ਲੈਣੀ ਚਾਹੁੰਦਾ, ਤੁਸੀਂ ਫਿਰ ਇਹਨੂੰ ਕੁੜੀ ਨੂੰ ਸੱਦਿਆ ਕਿਵੇਂ, ਕੀ ਕਹਿ ਕੇ ਸੱਦਿਆ ਇੱਥੇ ਜੀ? ਇਹਦਾ ਜੀ ਫਿਰ ਮਤਲਬ ਇਹਨੂੰ ਲਾਰਾ ਲਾਇਆ ਵੀ ਬੇਟੇ ਕੋਈ ਚੱਕਰ ਨਹੀਂ ਵੀ ਤੁਸੀਂ 13 ਸਾਡੇ ਕੋਲ ਇੱਕ ਵਾਰ ਆਓ, ਤੇ ਸਾਨੂੰ ਤਾਂ ਪਤਾ ਸੀ ਵੀ ਦਾਲ ਕਾਲੀ ਆ, ਤੇ ਪਰ ਅਸੀਂ ਇਹਨਾਂ ਨੂੰ ਮਤਲਬ ਜ਼ਾਹਰ ਨਹੀਂ ਹੋਣ ਦਿੱਤਾ, ਮਤਲਬ ਵੀ ਮਿੱਠੇ ਪਿਆਰੇ ਹੋ ਕੇ ਸੱਦਿਆ, ਪਿਆਰੇ ਹੋ ਕੇ ਸੱਦਿਆ ਜੀ, ਮਿੱਠੇ ਪਿਆਰੇ ਹੋ ਕੇ ਸੱਦਿਆ, ਪਰ ਸਾਨੂੰ ਪਤਾ ਸੀਗਾ ਵੀ ਇਹ ਸਾਡੇ ਨਾਲ ਧੋਖਾ ਹੀ ਹੋਣਾ ਜੀ। ਬਿਲਕੁਲ ਹਾਲਾਤ ਆ ਜਿਹੜੇ ਇਹ ਜੇ ਬਣੇ ਹੋਏ, ਪਰ ਕੁੜੀ ਦੇ ਫਾਦਰ ਸਾਹਿਬ ਵੀ ਖੜੇ ਆ, ਬਿਲਕੁਲ ਚੁੱਪ ਖੜੇ ਆ, ਸ਼ਾਂਤ ਖੜੇ, ਮੈਂ ਉਹਨਾਂ ਨੂੰ ਇਹ ਗੱਲ ਪੁੱਛੂਗਾ। ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ? ਅਸੀਂ ਤਾਂ ਜੀ ਬਸ ਹੁਣ ਬੱਚਿਆਂ ਦੀ ਮਰਜ਼ੀ ਹੈ ਜੀ, ਅਸੀਂ ਤਾਂ ਕੁਛ ਨਹੀਂ। ਨਹੀਂ ਬੱਚਿਆਂ ਦੀ ਮਰਜ਼ੀ ਕਹਿ ਕੇ ਗੱਲ ਪੱਲਾ ਛੜਾ ਲੈਣਾ ਇਹ ਕੋਈ ਹੱਲ ਨਹੀਂ ਗਾ, ਤੁਸੀਂ ਇਹਨੂੰ ਸਮਝਾਉਣਾ ਵੀ ਤੁਹਾਡਾ ਫਰਜ਼ ਬਣਦਾ। ਜੇ ਤੁਸੀਂ ਪੈਸੇ ਲਾ ਕੇ ਇਹਨੇ ਆਈਲੈਟਸ ਕੀਤੀ, ਇਹਨਾਂ ਨੇ ਵੀ ਆਪਦਾ ਜਿਹੜਾ ਘਰ ਬਾਰ ਵੇਚ ਕੇ, ਜ਼ਮੀਨ ਵੇਚ ਕੇ ਪੈਸੇ ਦਿੱਤੇ ਸੀ। ਨਹੀਂ ਫਿਰ ਇਹਨਾਂ ਨੇ ਧੋਖੇ ਨਾਲ ਸੱਦਣਾ ਨਹੀਂ ਸੀ ਨਾ।
ਨਹੀਂ ਸੱਦਣਾ ਜੋ ਤਾਂ ਗੱਲ ਹੀ ਨਹੀਂ ਕਰ ਰਹੀ, ਸੱਦਣਗੇ ਤਾਂ ਸਹੀ, ਉਹਨਾਂ ਨੇ ਤਾਂ ਕੋਈ ਹੱਲ ਕਰਨਾ ਹੀ ਹੈ ਨਾ। ਇਹਨਾਂ ਨੇ ਪਾਸਪੋਰਟ ਵੀ ਅਸੀਂ ਕੋਈ ਨਹੀਂ ਕਰਾਂਗੇ ਹੱਲ, ਬੇਟੇ ਨੂੰ ਲਿਜਾਵਾਂਗੇ, ਸਾਰਾ ਕੁਛ ਕਰਾਂਗੇ, ਪਰ ਪਾਸਪੋਰਟ ਤਾਂ ਦੇਣ ਸਾਡਾ ਪਾਸਪੋਰਟ। ਹੁਣੇ ਪਾਸਪੋਰਟ ਨਹੀਂ ਦਿੰਦੇ ਤੁਹਾਡਾ? ਹਾਂਜੀ ਪਾਸਪੋਰਟ ਆ ਜਿਹੜਾ ਇਹਨਾਂ ਦੇ ਕੋਲੇ ਪਿਆ ਸਹੁਰੇ ਪਰਿਵਾਰ ਕੋਲੇ, ਪਰ ਕੁੜੀ ਦੇ ਕਹਿੰਦੇ ਵੀ ਅਸੀਂ ਹਜੇ ਵੀ ਇਹ ਹਜੇ ਵੀ ਇਹ ਗੱਲ ਕਹਿੰਦੇ ਵੀ ਨਹੀਂ ਕੋਈ ਧੋਖਾਧੜੀ ਨਹੀਂ, ਅਸੀਂ ਲੈ ਕੇ ਜਾਵਾਂਗੇ ਜੀ। ਨਾ ਜੀ ਨਾ ਨਾ, ਇਹ ਤਾਂ ਹੋ ਨਹੀਂ ਸਕਦਾ। ਹੁਣ ਬੇਟੇ ਨੇ ਸਾਰਾ ਕੁਛ ਦੱਸਿਆ, ਕਹਿੰਦਾ ਵੀ ਡੈਡੀ ਮੇਰਾ ਫੋਨ ਨਹੀਂ ਚੱਕਿਆ, ਬਹੁਤ ਸਾਰਾ ਟਰਾਈ ਕਰਦਾ ਰਿਹਾ ਫੋਨ ਨਹੀਂ ਚੱਕਿਆ, ਅੱਗੋਂ ਟੁੱਟ ਕੇ ਪੈਂਦੀ ਸੀ ਗੱਲ, ਫਿਰ ਇਹ ਮਤਲਬ ਸਾਡੀ ਕਾਹਦੀ ਨੋਂਹ ਹੋਈ ਜੀ। ਨਹੀਂ ਪਿੰਡ ਦੇ ਕੋਈ ਤੁਹਾਡੇ ਸਰਪੰਚ ਸਾਹਿਬ ਆ ਰਹੇ ਕੋਈ ਸੱਦੇ ਆ ਤੁਸੀਂ? ਹਾਂਜੀ ਹਾਂਜੀ, ਬਹੁਤ ਵਾਰ ਬੰਦੇ ਸੱਦੇ ਆ ਜੀ। ਸੱਦੇ ਆ ਪਿੰਡ ਦੇ ਸਰਪੰਚ ਸਾਹਿਬ ਵੀ ਇੱਥੇ ਪਹੁੰਚਣਗੇ, ਉਹਨਾਂ ਦੇ ਨਾਲ ਵੀ ਮੈਂ ਤੁਹਾਡੀ ਗੱਲਬਾਤ ਕਰਾਊਂਗਾ। ਇੱਕ ਮਾਮਲਾ ਮੈਂ ਤੁਹਾਨੂੰ ਇੱਕ ਗੱਲ ਇੱਥੇ ਹੋਰ ਵੀ ਖਾਸ ਦੱਸ ਦੇਣੀ ਚਾਹੁੰਦਾ ਕਿ ਜਿਵੇਂ ਆਪਾਂ ਕਹਿੰਦੇ ਹਾਂ ਕੈਨੇਡਾ ਦੇ ਵਿੱਚ ਜਿਹੜੇ ਦਰਖਤ ਆ ਨਾ, ਉਹਨਾਂ ਦਾ ਇੱਕ ਪੱਤਾ ਆ ਉਹ ਝੰਡੇ 'ਤੇ ਵੀ ਉਹਨਾਂ ਦਾ ਲਾਇਆ ਵਾ, ਉਹ ਰੰਗ ਬਦਲਦਾ, ਪਰ ਇੱਥੇ ਸਾਡੇ ਲੋਕ ਬਾਹਰ ਜਾ ਕੇ ਰੰਗ ਬਦਲ ਲੈਂਦੇ ਆ, ਤੁਸੀਂ ਇਹ ਰੰਗ ਬਦਲਿਆ ਉੱਥੇ ਜਾ ਕੇ, ਭੁੱਲ ਗਏ ਸਭ ਕੁਛ? ਕਿੰਨੀਆਂ ਉਮੀਦਾਂ ਦੇ ਨਾਲ ਇਹਨਾਂ ਨੇ ਜਿਹੜਾ ਆਪਦੇ ਪੁੱਤ ਦੀਆਂ ਸੁਪਨੇ ਵੀ ਵੇਖੇ ਹੋਣਗੇ, ਤੁਹਾਡੇ 'ਤੇ ਇਹਨਾਂ ਨੇ ਪੈਸੇ ਲਾਉਣ ਤੋਂ ਝਿਜਕ ਨਹੀਂ ਮੰਨੀ, ਪੈਸੇ ਲਾਏ। ਇਹਨਾਂ ਨੂੰ ਇਹ ਤਾਂ ਪਤਾ ਲੱਗ ਗਿਆ ਵੀ ਜਿਹੜਾ ਫੋਨ ਹੈ ਹੈ ਨਾ, ਮੈਂ ਇਹਨਾਂ ਦਾ ਫੋਨ ਨਹੀਂ ਚੱਕਦੀ, 6 ਫੁੱਟੀ ਮੈਨੂੰ ਬੁਲਾ ਲਿਆ ਤੁਸੀਂ, ਉਹ ਨਹੀਂ ਤੁਹਾਨੂੰ ਦੇਖਦੀ? ਨਹੀਂ ਉਹ ਦੇਖਣ ਦੀ ਗੱਲ ਨਹੀਂ, ਪਰ ਤੁਹਾਡੇ ਅੰਦਰ ਸਸਪੈਂਸ ਤੁਸੀਂ ਵੇਖ ਸਕਦੇ ਹੋ। ਇਸੇ ਤਰੀਕੇ ਨਾਲ ਕੁੜੀ ਤੁਹਾਡੇ ਨਾਲ ਵੀ ਇਹੀ ਗੱਲ ਕਰਦੀ ਹੈ? ਅੱਜ ਤੇਰਾ ਡੈਡੀ ਵੀ ਬੈਠੇ? ਇੱਕ ਮਿੰਟ ਜੀ, ਇੱਕ ਮਿੰਟ, ਇਹੀ ਗੱਲ ਕਰਦੀ ਹੈ? ਨਹੀਂ ਬਸ ਧੋਖੇ ਨਾਲ ਬੁਲਾਉਣਾ ਨਹੀਂ ਸੀ ਇਹਨਾਂ ਨੂੰ, ਧੋਖੇ ਨਾਲ ਕਿਉਂ ਬੁਲਾਇਆ? ਹਜੇ ਹਜੇ ਵੀ ਇਹੀ ਗੱਲ ਆ ਕੁੜੀ ਵਾਲਿਆਂ ਦੀ ਵੀ, ਸਾਨੂੰ ਧੋਖੇ ਦੇ ਨਾਲ ਸੱਦਿਆ ਗਿਆ। ਕੁੜੀ ਕਹਿੰਦੀ ਹੈ ਨਾ ਅੱਜ ਮੈਨੂੰ ਧੋਖੇ ਨਾਲ ਬੁਲਾ ਲਿਆ, ਤੇ ਗੁੜੀਆ ਦਾ ਡੈਡੀ ਵੀ ਇਹ ਗੱਲ ਕਹਿੰਦਾ ਵੀ ਬੱਚਿਆਂ ਦੀ ਆਪਦੀ ਮਰਜ਼ੀ ਹੈ, ਤੇ ਜਿੱਦੇ ਆਇਆ ਸੀ ਸਾਡੇ ਘਰੇ 80 ਰੁਪਏ ਦਿੱਤੇ, ਉਹਦੇ ਵੀ ਪਤਾ ਸੀ ਨਾ ਵੀ ਸਾਡੀ ਧੀ ਦੀ ਮਰਜ਼ੀ ਚੱਲੂਗੀ। ਇਹ ਗੱਲ ਠੀਕ ਹੈ ਮਾਤਾ ਦੀ ਜੀ। ਪਿੰਡ ਸਾਹਿਬ ਸਰਪੰਚ ਸਾਹਿਬ ਵੀ ਪਹੁੰਚੇ, ਮੈਂ ਉਹਨਾਂ ਨਾਲ ਵੀ ਗੱਲ ਕਰੂੰਗਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਠੀਕ ਠਾਕ ਹੋ ਜੀ? ਹਾਂਜੀ ਹਾਂਜੀ ਜੀ, ਉਰੇ ਆ ਜਾਓ ਜੀ, ਥੋੜ੍ਹਾ ਜਿਹਾ ਇੱਧਰ ਆ ਜਾਓ। ਮੈਂ ਗੱਲਬਾਤ ਆ ਜਿਹੜਾ ਮਾਮਲਾ, ਜਿਹੜਾ ਮਾਮਲਾ ਗੰਭੀਰ ਆ, ਥੋੜ੍ਹਾ ਜਿਹਾ ਪਿੱਛੇ ਨੂੰ ਹੋ ਜਾਓ ਮਾਤਾ ਜੀ, ਪਿੱਛੇ ਨੂੰ ਹੋ ਜਾਓ ਸਰਪੰਚ ਸਾਹਿਬ ਤੁਸੀਂ। ਹਾਂਜੀ, ਮਾਮਲਾ ਜਿਹੜਾ ਤੁਹਾਡੇ ਪਿੰਡ ਦਾ ਗੰਭੀਰ ਆ, ਮੁੰਡੇ ਵਾਲਿਆਂ ਨੇ ਜਿਹੜਾ ਕਿਹਾ ਸੀ 25 ਲੱਖ, ਅਤੇ ਇਹ ਕਹਿ ਰਿਹਾ ਵੀ ਸਾਡੀ ਕੁੜੀ ਨੂੰ ਧੋਖੇ ਨਾਲ ਬੁਲਾ ਕੇ, ਹੁਣ ਇਹਨਾਂ ਦਾ ਪਾਸਪੋਰਟ ਨਹੀਂ ਦਿੱਤਾ ਜਾ ਰਿਹਾ, ਕੀ ਮਸਲਾ ਕੀ ਹੈ ਜੀ? ਮੇਰੇ ਨੋਟਿਸ 'ਚ ਹੀ ਆ ਸਾਰਾ ਮਾਮਲਾ ਇਹ ਜੀ। ਅਸਲ ਦੇ ਵਿੱਚ ਤਾਂ ਇਹ ਹੁੰਦਾ ਵੀ ਇਹ ਕੁੜੀ ਦੀ ਪੜ੍ਹਾਈ ਪੂਰੀ ਹੋ ਚੁੱਕੀ ਹੈ ਜੀ। ਮੈਂ ਤਾਂ ਉੱਧਰ ਹੋ ਜਾਂਦਾ ਜੀ, ਇੱਥੇ ਅਸਲ 'ਚ ਕੁੜੀ ਦੀ ਪੜ੍ਹਾਈ ਜਿਹੜੀ ਆ ਉੱਥੇ ਕੈਨੇਡਾ 'ਚ ਪੂਰੀ ਹੋ ਚੁੱਕੀ ਹੈ। ਵਰਕ ਪਰਮਿਟ ਮੇਰੇ ਖਿਆਲ 'ਚ ਸ਼ਾਇਦ ਅਪਲਾਈ ਹੈ ਜਾਂ ਆ ਗਿਆ। ਜਿੰਨਾ ਇਹਨਾਂ ਦਾ ਮੁੰਡਾ ਨਾ, ਪੜ੍ਹਿਆ ਲਿਖਿਆ ਮੁੰਡਾ ਉਹ, ਚਲੋ ਕਈ ਵਾਰੀ ਹੋ ਜਾਂਦੀ ਪ੍ਰੋਬਲਮ, ਜਿਵੇਂ ਹੁਣ ਮੰਨ ਕੇ ਚੱਲੋ ਕਿ ਜ਼ਿਆਦਾਤਰ ਕੀ ਚੱਲੀ ਜਾਂਦਾ ਕਿ ਮੁੰਡਿਆਂ ਨੂੰ ਮੁਸ਼ਕਲ ਹੀ ਇਹ ਆ ਰਹੀ ਹੈ ਵੀਰੇ, ਮੁੰਡੇ ਕਹਿੰਦੇ ਸਾਥੋਂ ਬੈਂਡ ਨਹੀਂ ਲਏ ਜਾਣੇ, ਪੈਸੇ ਲੈ ਲਓ, ਪੈਸੇ ਖਰਚ ਲਓ, ਅਤੇ ਬੈਂਡਾਂ ਵਾਲੀ ਕੁੜੀ ਜਿਹੜੀ ਆ ਉਹ, ਅਤੇ ਜਿਹਦਾ ਵੀਜ਼ਾ ਜਾਂ ਵੀਜ਼ੇ ਵਾਲੀ ਕੁੜੀ ਆ ਉਹ ਲੈ ਲਓ, ਲੈ ਕੇ ਵੀ ਨਾਲ ਮੁੰਡੇ ਦਾ ਬਣ ਜਾਊ, ਚਲੋ ਠੀਕ ਹੈ, ਕੋਈ ਗੱਲ ਨਹੀਂ, ਦੁਨੀਆਦਾਰੀ ਇਹ ਚੱਲੀ ਜਾਂਦੀ। ਪਹਿਲੀ ਗੱਲ ਤਾਂ ਮੈਂ ਇਹ ਕਹਿਣਾ ਕਿ ਜਦੋਂ ਕਿਸੇ ਦੇ ਹੱਥਾਂ ਵੱਲ ਝਾਕਾਂਗੇ ਨਾ ਅਸੀਂ, ਠੀਕ ਹੈ, ਅਤੇ ਫਿਰ ਆਪਣੀ ਮਿਹਨਤ ਛੱਡ ਦਿੰਦੇ ਹਾਂ ਅਸੀਂ ਕਿਸੇ ਦੇ ਹੱਥਾਂ ਵੱਲ, ਜਦੋਂ ਉਮੀਦ ਹੋ ਜਾਂਦੀ ਵੀ ਯਾਰ ਉਹ ਅੱਜ ਉੱਥੋਂ ਖਾ ਲਾਂਗੇ ਜਾਂ ਉੱਥੋਂ ਖਾ ਲਾਂਗੇ, ਇਹ ਵੀ ਸੌਦੇਬਾਜ਼ੀ ਹੋ ਜਾਂਦੀ ਹੈ। ਇਹ ਗੱਲ ਕਹਿ ਸਕਦੇ ਹਾਂ ਰਿਸ਼ਤੇ ਦੇ ਅੰਦਰਲੀ ਗੱਲਬਾਤ ਆ ਜਿਹੜੀ, ਉਹ ਖਤਮ ਹੋ ਜਾਂਦੀ ਹੈ ਜਦੋਂ ਸਿਰਫ ਇੱਕ ਪੈਸਾ ਮੁੱਖ ਰੱਖ ਲਿਆ ਜਾਂਦਾ, ਸੌਦੇਬਾਜ਼ੀ ਵਾਲੀ ਗੱਲ ਜ਼ਿਆਦਾ ਹੋ ਸਕਦੀ। ਇਸ ਵਿਸ਼ੇ 'ਤੇ ਆਪਾਂ ਗੱਲ ਕਰਾਂਗੇ, ਪਰ ਪਹਿਲਾਂ ਮੈਂ ਇੱਕ ਬੇਨਤੀ ਕਰਨੀ ਚਾਹੂੰਗਾ ਨੌਜਵਾਨਾਂ ਨੂੰ ਵੀ ਜਦੋਂ ਤੁਹਾਡੇ ਮਾਂ ਪਿਓ ਤੁਹਾਡੇ ਪਿੱਛੇ 25-25, 30-30 ਲੱਖ ਰੁਪਇਆ ਬਗਾਨੀਆਂ ਕੁੜੀਆਂ ਪਿੱਛੇ ਲਾਉਣ ਨੂੰ ਤਿਆਰ ਹੈ, ਤੇ ਯਾਰ ਤੁਸੀਂ ਵੀ ਥੋੜ੍ਹੀ ਜਿਹੀ ਮਿਹਨਤ ਕਰ ਲਓ। ਮਿਹਨਤ ਕਰਕੇ ਤੁਸੀਂ ਇੰਨੇ ਲਾਇਕ ਹੈ ਨਹੀਂ, ਜੇ ਤੁਸੀਂ 10ਵੀਂ ਕਰ ਲਈ, ਪਲੱਸ 2 ਕਰ ਲਈ ਜਾਂ ਗ੍ਰੈਜੂਏਸ਼ਨ ਕਰ ਲਈ, ਜੇ ਤੁਸੀਂ ਉਹ ਪੜ੍ਹਾਈਆਂ ਕਰ ਲਈਆਂ ਤੇ ਆਈਲੈਟਸ ਕਿੱਡੀ ਕੁ ਵੱਡੀ ਚੀਜ਼ ਹੈ। ਇੱਕ ਵਾਰੀ ਨਹੀਂ, ਦੂਜੀ ਵਾਰ ਨਹੀਂ, ਤੀਜੀ ਵਾਰ, ਕਿ ਵੀ ਕੁੜੀਆਂ ਦੇ ਵਿੱਚ 4-4, 5-5, 6-6 ਵਾਰੀ ਪੇਪਰ ਦੇ ਕੇ ਬੈਂਡ ਆਉਂਦੇ ਆ। ਬਹੁਤ ਸੋਹਣੀ ਇਹ ਗੱਲ ਕਹੀ ਆ, ਕਰ ਲੈਣਾ ਚਾਹੀਦਾ। ਬਹੁਤ ਸਾਰੀਆਂ ਕੁੜੀਆਂ ਵੀ ਕਈ ਵਾਰੀ 4 ਵਜੇ ਫੇਲ ਹੋ ਜਾਂਦੀਆਂ, ਪਰ ਮੁੰਡਿਆਂ ਨੂੰ ਇਹ ਨਹੀਂ ਚਾਹੀਦਾ ਵੀ ਹੌਸਲਾ ਛੇਤੀ ਹੈ ਜਿਹੜਾ ਉਹ ਹਾਰ ਜਾਣਾ ਚਾਹੀਦਾ, ਕਿਉਂਕਿ ਤੁਸੀਂ ਵੀ ਕਰ ਸਕਦੇ ਹੋ ਯਾਰ, ਜਦੋਂ ਤੁਸੀਂ ਇੰਨੀ ਪੜ੍ਹਾਈ ਕਰ ਸਕਦੇ ਹੋ ਤੇ ਆਈਲੈਟਸ ਕਰਨਾ ਕੋਈ ਔਖਾ ਨਹੀਂ ਗਾ ਜੀ। ਹੁਣ ਸਥਿਤੀ ਇਹ ਹੈ ਇਹਨਾਂ ਦੀ ਕਿ ਮੈਂ ਪਹਿਲਾਂ ਤਾਂ ਚਲੋ ਮੁੰਡੇ ਵਾਲਿਆਂ ਨੂੰ ਮੈਂ ਗਲਤ ਤਾਂ ਨਹੀਂ ਕਹਿੰਦਾ, ਪਰ ਗਲਤ ਮੇਰਾ ਕਹਿਣਾ ਵੀ ਬਣਦਾ, ਕਿਉਂਕਿ ਮੈਂ ਸਰਪੰਚ ਜਿਹੜਾ ਉਹ ਪਿੰਡ ਦਾ ਸਾਰਾ ਕੁਛ ਹੀ ਹੁੰਦਾ, ਮਾਂ ਪਿਓ ਸਭ ਕੁਛ ਕਰਤਾ ਧਰਤਾ ਹੈ ਨਾ, ਅਤੇ ਇਹ ਮੇਰੇ ਪਿੰਡ ਦੇ ਆ, ਚਲੋ ਸੌਰੀ ਮੈਂ ਥੋੜ੍ਹਾ ਲੇਟ ਆਇਆ, ਮੈਨੂੰ ਸਮੇਂ ਸਿਰ ਆਉਣਾ ਚਾਹੀਦਾ, ਹੋਰ ਵੀ ਮਾਮਲੇ ਉਲਝੇ ਹੁੰਦੇ ਆ। ਇਹਨਾਂ ਨੂੰ ਮੈਂ ਇਕੱਲਿਆਂ ਨੂੰ ਨਹੀਂ ਕਹਿੰਦਾ, ਮੁੰਡਿਆਂ ਵਾਲਿਆਂ ਨੂੰ ਕਹਿਣਾ ਕਿ ਸੋਚ ਵਿਚਾਰ ਕੇ ਪੈਸਾ ਲਾਇਆ ਕਰੋ, ਸਾਰੇ ਕੇਸ ਖਰਾਬ ਨਹੀਂ ਹੁੰਦੇ, ਸਾਰੇ ਕੇਸ ਸਿਰੇ ਨਹੀਂ ਚੜ੍ਹਦੇ, ਪਰ ਬਹੁਤ ਤਰਾਸਦੀ ਹੈ ਕਿ ਸਾਡੇ ਪੰਜਾਬ 'ਚ ਖਾਸ ਕਰ ਇਹ ਚੀਜ਼ਾਂ ਹੋਣ ਲੱਗ ਪਈਆਂ ਕਿ ਜਦੋਂ ਕੁੜੀਆਂ ਇਹ ਕੁਛ ਕਰ ਦਿੰਦੀਆਂ। ਹੁਣ ਕੁੜੀ ਜਦੋਂ ਚਲੀ ਗਈ ਸੀ, ਜਦੋਂ ਜੇ ਬੁਲਾਉਣ ਦੀ ਨੀਤ ਹੁੰਦੀ ਹੈ ਨਾ, ਇਹ ਗੁੱਸਾ ਨਾ ਕਰਨ, ਮੇਰੀ ਗੱਲ ਤਾਂ ਹੁਣ ਗੁੱਸਾ ਨਾ ਕਰਨ, ਮੈਂ ਸੱਚੀ ਗੱਲ ਕਹਿ ਦੂੰਗਾ, ਇਹਨਾਂ ਦੀ ਗਲਤੀ ਇਹ ਕਿ ਇਹਨਾਂ ਨੇ ਅੱਖਾਂ ਮੀਚ ਕੇ ਕਿਸੇ 'ਤੇ ਭਰੋਸਾ ਕਰਕੇ ਆਪਣੇ 1.5 ਕਿੱਲਾ 1.5 ਕਿੱਲੇ ਵਿੱਚ
ਵਿਸ਼ਵਾਸ ਵਾਲਾ ਫੈਮਿਲੀ ਹੈ ਕਹਿੰਦਾ ਤੇ ਇਹੋ ਜਿਹੀ ਕੋਈ ਗੱਲ ਨਹੀਂ ਗੀ ਮੁੰਡਾ ਸੀਗਾ ਸਾਨੂੰ ਦੇ ਵਿੱਚ ਆਪਣਾ ਹਰ ਥਾਂ ਦੇ ਵਿਚੋਲੇ ਦਾ ਕਸੂਰ ਨਹੀਂ ਹੁੰਦਾ ਉਹਨੇ ਤਾਂ ਸਹੀ ਗੱਲ ਕੀਤੀ ਸੀ ਇਹਨਾਂ ਨੇ ਪੈਸੇ ਲਾਏ ਕੁੜੀ ਆਪਦੇ ਟਿਕਾਣੇ 'ਤੇ ਸਹੀ ਪਹੁੰਚ ਵੀ ਗਈ ਸੀ ਪੜ੍ਹਾਈ ਵੀ ਪੂਰੀ ਕਰ ਆਈ ਆ ਪਰ ਇਹਨਾਂ ਦੇ ਆਪਦੇ ਅੰਦਰ ਜਿਹੜਾ ਮਨ ਦੀ ਇੱਕ ਮੈਲ ਕਹਿ ਸਕਦੇ ਆ ਵੀ ਮਨ ਦੇ ਅੰਦਰ ਇੱਕ ਬੇਈਮਾਨੀ ਸੀ ਮਨ ਨਾ 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 ਮਨ ਦੀ ਮੈਲ ਤੁਸੀਂ ਬਿਲਕੁਲ ਨਹੀਂ ਕਹਿ ਸਕਦੇ ਜੇ ਸਾਡੇ ਮਨ ਦੇ ਵਿੱਚ ਮੈਲ ਹੁੰਦੀ ਮੈਂ ਕਹਿੰਦੀ ਮੈਂ ਆਉਣਾ ਹੀ ਨਹੀਂ ਸੀ ਮੈਂ ਆਈ ਆ ਤਾਂ ਕਿਸੇ ਗੱਲ ਨਾਲ ਹੀ ਆਈ ਆ ਇਹ ਸਾਰੇ ਰਲ ਨਹੀਂ ਤੁਸੀਂ ਸਾਰੇ ਰਲ ਕੇ ਝੂਠ ਬੋਲਦੇ ਹੋ ਨਹੀਂ ਰਲ ਕੇ ਝੂਠ ਕਾਹਦਾ ਬੋਲਦੇ ਆ ਇੱਕ ਮਿੰਟ ਸਰ ਝੂਠ ਕਾਹਦਾ ਬੋਲਦੇ ਆ ਹੁਣ ਰਲ ਕੇ ਝੂਠ ਹੀ ਬੋਲਦੇ ਆ ਇਹਨਾਂ ਨੇ ਮੈਨੂੰ ਸੱਦਿਆ ਜੇ ਮੇਰੇ ਮਨ ਦੇ ਵਿੱਚ ਕੋਈ ਇਦਾਂ ਦੀ ਬੇਈਮਾਨੀ ਹੁੰਦੀ ਮੈਂ ਆਉਂਦੀ ਨਾ ਕਿਉਂਕਿ ਮੈਨੂੰ ਤਾਂ ਪਤਾ ਸੀ ਨਾ ਫਿਰ ਜੇ ਇਹਨੇ ਆਹ ਕੁਛ ਹੀ ਕਰਨਾ ਸੀ ਇਹ ਪੁੱਛੋ ਜੇ ਬੇਈਮਾਨੀ ਹੈ ਨਹੀਂ ਸੀ ਤਾਂ ਜਿੰਨਾ ਕੁੜੀਆਂ ਨੇ ਜਾ ਕੇ ਉਹਨਾਂ ਨੂੰ ਪਤਾ ਹੁੰਦਾ ਕਿਉਂਕਿ ਮਾਂ ਪਿਓ ਦੀ ਇੱਧਰ ਵੀ ਇੱਜ਼ਤ ਰੁਲੀ ਹੈ ਪਿੰਡ ਦੇ ਵਿੱਚ ਥੂ ਥੂ ਹੋਈ ਹੈ ਪਿੰਡ 'ਚ ਕਿਸੇ ਨੇ ਕੱਲ ਨੂੰ ਇਹਨਾਂ ਨੂੰ ਰੁਪਈਏ ਦਾ ਆਧਾਰ ਨਹੀਂ ਦੇਣਾ ਮੰਗਿਆ ਠੀਕ ਹੈ ਅੱਜ ਬੇਸ਼ੱਕ ਮਾਂ ਪਿਓ ਜਿਹੜੇ ਢੀਠ ਮਾਂ ਪਿਓ ਹੁੰਦੇ ਨਾ ਬਸ਼ਰਮ ਮੈਂ ਇਹ ਸ਼ਬਦ ਵਰਤੂੰਗਾ ਜਿਹੜੇ ਬਸ਼ਰਮ ਢੀਠ ਮਾਂ ਪਿਓ ਹੁੰਦੇ ਉਹ ਕਹਿੰਦੇ ਕੀ ਕਰੀਏ ਹੁਣ ਬਾਹਰ ਜਾ ਕੇ ਜਵਾਕ ਜਿਹਾ ਆਪਦਾ ਆਪਦੇ ਸਟੈਂਡ ਤੋਂ ਹਿੱਲ ਗਿਆ ਕਿਉਂ ਵੀ ਕਿਉਂ ਹਿੱਲ ਗਿਆ ਤੁਸੀਂ ਇਹੋ ਜਿਹੇ ਸੰਸਕਾਰ ਦਿੱਤੇ ਸੀ ਵੀ ਤੁਹਾਡਾ ਜਵਾਕ ਜਾ ਕੇ ਸਟੈਂਡ ਤੋਂ ਹਿੱਲ ਗਿਆ ਮਾਂ ਪਿਓ ਨੂੰ ਵੀ ਮੈਂ ਇਸ ਗੱਲ ਦੀਆਂ ਲਾਹਣਤਾਂ ਪਾਊਂਗਾ ਪਰ ਆਹ ਮੈਂ ਬੋਲੀ ਆਉਂਦਿਆਂ ਸਾਰ ਵੀ ਕੁੜੀ ਦੀ ਵੇਖੀ ਸੀ ਹੁਣ ਵੀ ਵੇਖੀ ਹੈ ਸਭ ਤੋਂ ਵੱਡੀ ਤਰਾਸਦੀ ਸਾਡੀ ਸਾਡੇ ਵਾਸਤੇ ਅਫਸੋਸਨਾਕ ਗੱਲ ਹੀ ਇਹ ਹੈ ਵੀ ਇੱਥੋਂ ਜਿਹੜੇ ਹਾਲਾਤਾਂ ਦੇ ਵਿੱਚ ਅਸੀਂ ਮੁੰਡੇ ਕੁੜੀਆਂ ਨੂੰ ਭੇਜਦੇ ਹਾਂ ਨਾ ਉੱਥੇ ਪਤਾ ਨਹੀਂ ਉਹ ਕਿਹੜੀ ਬੂਟੀ ਸੁੰਘਦੇ ਆ ਜਾ ਕੇ ਸਾਰੇ ਨਹੀਂ ਮੈਂ ਇਹੋ ਜਿਹੇ ਬੱਚੇ ਮੈਂ ਖੁਦ ਟਰੈਵਲ ਕੀਤਾ ਹੋਇਆ ਮੈਂ ਗਿਆ ਕੈਨੇਡਾ ਘੁੰਮਿਆ ਮੈਂ ਇਹੋ ਜਿਹੇ ਬੱਚੇ ਵੇਖੇ ਆ ਜਿਹੜੇ ਦਿਨ ਰਾਤ ਉੱਥੇ ਰੋਟੀ ਨਹੀਂ ਖਾਂਦੇ ਰੱਜ ਕੇ ਸੌਂਦੇ ਨਹੀਂ ਜੇ ਉਹਨਾਂ ਨਾਲ ਗੱਲਬਾਤ ਕੀਤੀ ਕਿ ਯਾਰ ਤੁਸੀਂ ਇੰਨਾ ਕੰਮ ਕਰਦੇ ਹੋ ਤੁਹਾਡੇ ਨਾਲ ਦੇ ਚਾਰ ਉਹ ਮਹਿੰਗੀਆਂ ਕਰੋੜ ਕਰੋੜ ਦੀਆਂ ਗੱਡੀਆਂ ਲਈ ਫਿਰਦੇ ਆ ਉਹ ਕਹਿੰਦੇ ਵੀ ਉਹਨਾਂ ਨੂੰ ਨਹੀਂ ਫਿਕਰ ਹੋਣਾ ਮਾਂ ਪਿਓ ਦਾ ਸਾਡੇ ਤਾਂ ਜਾਂ ਜ਼ਮੀਨ ਗਹਿਣੇ ਕਰਕੇ ਭੇਜਿਆ ਜਾਂ ਵੇਚ ਕੇ ਭੇਜਿਆ ਤੇ ਉੱਥੇ ਬਾਪੂ ਦੀ ਪੱਗ ਰੋਲ ਜਾਣੀ ਜੇ ਬਾਪੂ ਨੇ ਫਾਹਾ ਲੈਣਾ ਤੇ ਸਾਡਾ ਕੈਨੇਡਾ ਕਿਸ ਕੰਮ ਉਹ ਜਵਾਕ ਵੀ ਕੈਨੇਡਾ 'ਚ ਹੈਗੇ ਆ ਪਰ ਬਿਲਕੁਲ ਗੱਲ ਇਹ ਸਹੀ ਹੈ ਜੀ ਭਾਸ਼ਾ ਕੁੜੀ ਨੇ ਦੋ ਤਿੰਨ ਵਾਰੀ ਮੇਰੇ ਖੜਿਆ ਖੜਿਆ ਵਰਤੀ ਹੁਣ ਸਰਪੰਚ ਸਾਹਿਬ ਕੀ ਸਿੱਟਾ ਕੀ ਨਿਕਲਦਾ ਹੁਣ ਇਹਨਾਂ ਨੇ ਲਾਇਆ ਕਿਉਂਕਿ ਬਹੁਤ ਮਾਮਲੇ ਪੰਜਾਬ ਦੇ ਵਿੱਚ ਹੈ ਕਿਤੇ ਨਾ ਕਿਤੇ ਮੁੰਡੇ ਖੁਦਕੁਸ਼ੀਆਂ ਵੀ ਕਰ ਗਏ ਕਿਤੇ ਨਾ ਕਿਤੇ ਇੱਦਾਂ ਦੇ ਹੁੰਦੇ ਆ ਪਰਿਵਾਰ ਉਹਦੇ ਫਾਦਰ ਸਾਹਿਬ ਖੜੇ ਆ ਨਮੋਛੀ ਇਹਨਾਂ ਨੂੰ ਵੀ ਝੱਲਣੀ ਪੈਂਦੀ ਆ ਉਹਨਾਂ ਨੇ ਵੀ ਨੀਵੀਂ ਪਾਈ ਹੋਈ ਆ ਕੁੜੀ ਆਪਦੇ ਹਿਸਾਬ ਨਾਲ ਬੋਲ ਰਹੀ ਹੈ ਵੀ ਮੈਨੂੰ ਧੋਖੇ ਨਾਲ ਬੁਲਾਇਆ ਉਹ ਕਹਿ ਰਹੇ ਆ ਸਾਡੇ ਮੁੰਡੇ ਦੇ ਨਾਲ ਗੱਲ ਨਹੀਂ ਕਰ ਰਹੇ ਮੁੰਡਾ ਪਿੰਡ ਛੱਡ ਕੇ ਬਾਹਰ ਬੈਠਾ ਡਿਪਰੈਸ਼ਨ ਦਾ ਸ਼ਿਕਾਰ ਹੋਇਆ ਸਭ ਤੋਂ ਪਹਿਲਾਂ ਤੁਸੀਂ ਇਹ ਨੋਟ ਕਰੋ ਚਲੋ ਮੈਂ ਕਟਾਕਸ਼ ਨਹੀਂ ਕਰਦਾ ਇਸ ਗੱਲ ਤੇ ਇਹਨਾਂ ਦਾ ਪਹਿਰਾਵਾ ਦੇਖੋ ਇਹ ਮੇਰੇ ਪਿੰਡ ਦੀ ਸਿੰਪਲ ਸਧਾਰਨ ਫੈਮਿਲੀ ਹੈ ਸਾਰੀ ਇਹਨਾਂ ਕੋਲ 3.25 ਕਿੱਲੇ ਜ਼ਮੀਨ ਸੀ 3.25 ਕਿੱਲਿਆਂ ਦੇ ਵਿੱਚ ਉਹਨਾਂ ਨੇ 1.5 ਕਿੱਲਾ ਬੜਕਾਤਾ ਠੀਕ ਹੈ ਡਿਪਰੈਸ਼ਨ ਦੇ ਵਿੱਚ ਚਿਹਰੇ ਦਿਸਦੇ ਕੱਪੜੇ ਦਿਸਦੇ ਆ ਇੱਧਰ ਵੀ ਦਿਸਦੇ ਆ ਕੁੜੀ ਦੀ ਬੋਲੀ ਬਿਲਕੁਲ ਮੈਂ ਸਰਪੰਚ ਸਾਹਿਬ ਨੂੰ ਫਿਰ ਕਹਿੰਦਾ ਵੀ ਇਹ ਮਾਮਲੇ ਇੱਦਾਂ ਦੇ ਬਹੁਤ ਗੰਭੀਰ ਜ਼ਿਆਦਾ ਆ ਰਹੇ ਆ ਸਰਪੰਚ ਸਾਹਿਬ ਨਾਲ ਵੀ ਹਜੇ ਗੱਲ ਕਰਨੀ ਆ ਹੁਣ ਤੁਹਾਨੂੰ ਕੀ ਲੱਗਦਾ ਵੀ ਕੁੜੀ ਦੀ ਗਲਤੀ ਹੈ ਤੁਹਾਡੀ ਕੀ ਸਾਡੀ ਕੁੜੀ ਦੀ ਕੀ ਗਲਤੀ ਹੈ ਜੀ ਕੋਈ ਗਲਤੀ ਨਹੀਂ ਸਾਡਾ ਮੇਰਾ ਤਾਂ ਪੁੱਤ ਆਈ ਇਹ ਕੁੜੀ ਨਹੀਂ ਗਈ ਮੁੰਡਾ ਬਣਾਇਆ ਵਾ ਸੀਗਾ ਜੀ ਨਹੀਂ ਫਿਰ ਹੁਣ ਤੁਹਾਡਾ ਤਾਂ ਪੁੱਤ ਬਣਾਇਆ ਉਹਨਾਂ ਦੇ ਪੁੱਤ ਬਾਰੇ ਕੀ ਕਹਾਂ ਸਾਡੇ ਪੁੱਤ ਦਾ ਹਰ ਕੀ ਬਣੂਗਾ ਜੀ ਉਹਨਾਂ ਦਾ ਕੀ ਪੁੱਤ ਸਾਡੇ ਪੁੱਤ ਦਾ ਕੀ ਬਣੂਗਾ ਜੀ ਸਾਡੇ ਪੈਸਿਆਂ ਤੇ 7-25 ਲੱਖ ਲੈ ਕੇ 7-25 ਲੱਖ ਲੈ ਕੇ ਫਿਰ ਇਹਨਾਂ ਦਾ ਆਪਦਾ ਮੁੰਡਾ ਟਪਾਤਾ ਹਾਂ ਦੱਸੋ ਫਿਰ ਗੱਲ ਸਹੀ ਨਾ ਮਤਲਬ ਪੁੱਤ ਬਣਾ ਕੇ ਟਪਾਤਾ ਆਪਦਾ ਸਾਡਾ ਪੁੱਤ ਆ ਇਹ ਵੀ ਸਾਡਾ ਤਾਂ ਮੁੰਡਾ ਸਮਝਦੇ ਜੇ ਫਿਰ ਇਹਨਾਂ ਨੇ 25 ਲੱਖ ਤੁਹਾਡਾ ਲੈ ਕੇ ਠੀਕ ਹੈ ਆਪਦਾ ਪੁੱਤ ਟਪਾਤਾ ਤੁਸੀਂ ਆਪਦੇ ਤੇ ਲਾ ਕੇ ਟਪਾ ਦਿੰਦੇ ਟਪਾਇਆ ਨਾ ਗਿਆ ਤੁਹਾਡੇ ਤੇ ਨਹੀਂ ਮੇਰੀ ਗੱਲ ਸੁਣ ਮੇਰੀ ਇੱਕ ਮਿੰਟ ਚੁੱਪ ਕਰੋ ਮੇਰੀ ਗੱਲ ਸੁਣ ਇੱਧਰ ਗੁੜੀਆ ਮੇਰੀ ਗੱਲ ਸੁਣ ਅਸੀਂ ਵੀ ਇੱਥੇ ਮੱਝਾਂ ਚਾਰਦੇ ਸਰਪੰਚ ਨਹੀਂ ਬਣੇ ਸਕੂਲਾਂ ਕਾਲਜਾਂ ਦੀ ਪੜ੍ਹਾਈ ਮੇਰੇ ਵੱਲ ਦੇਖ ਬੇਟਾ ਇੱਧਰ ਤੂੰ ਧੀ ਦੇਣੀ ਆ ਠੀਕ ਹੈ ਮੈਂ ਇਹ ਗੱਲਾਂ ਪੰਚਾਇਤ 'ਚ ਕਰਨੀਆਂ ਨਹੀਂ ਚਾਹੁੰਦਾ ਆਪਦਾ ਮੁੰਡਾ ਟਪਾ ਲੈਂਦੇ ਨਹੀਂ ਮੁੰਡਾ ਟੱਪਣ ਦੀ ਹੈਸੀਅਤ ਰੱਖਦਾ ਸੀਗਾ ਤਾਂ ਫੇਰ ਹੀ ਤੇਰੇ ਪਿੱਛੇ ਰਿਸਕ ਲੈਣਾ ਤੂੰ ਕੀ ਕੀਤਾ ਤੁਸੀਂ ਇਹਦਾ ਦੱਸੋ ਨਾ ਫਿਰ ਮੈਂ ਜਿਹੜੇ ਤੁਹਾਡੇ ਪੈਸੇ ਬਣਦੇ ਆ ਮੈਂ ਮੋੜ ਦੂੰਗੀ ਮੇਰਾ ਪਾਸਪੋਰਟ ਦਾ ਦੋ ਇਹਨਾਂ ਤੋਂ ਜਿਹੜਾ ਇਹਨਾਂ ਦਾ ਨੁਕਸਾਨ ਹੋਇਆ ਇਹਨਾਂ ਨੇ ਕੌਡੀਆਂ ਦੇ ਭਾਅ ਜ਼ਮੀਨ ਵੇਚੀ ਹੈ ਅੱਜ 27-28 ਲੱਖ ਦਾ ਰੇਟ ਕਿੱਲੇ ਦਾ ਹੈ 25 ਲੱਖ ਤੋਂ ਘੱਟ ਕੇ ਤਾਂ ਰੇਟ ਹੈ ਨਹੀਂਗਾ ਸ਼ਰੀਕੇ ਕਬੀਲੇ ਨੂੰ ਪਤਾ ਸੀ ਕਿ ਇਹਨਾਂ ਨੇ ਮੁੰਡਾ ਬਾਹਰ ਭੇਜਣ ਦੀ ਖਾਤਰ ਜ਼ਮੀਨ ਵੇਚਣੀ ਹੈ ਅਗਲਿਆਂ ਨੇ 25 ਲੱਖ ਨੂੰ 1.5 ਕਿੱਲਾ ਲਿਆ ਇਹਨਾਂ ਦਾ ਕਿੱਥੋਂ ਲੈ ਕੇ ਆਉਣਗੇ ਜ਼ਮੀਨ ਵਾਪਸ ਕਰ ਦੇਗੀ ਜਿਹੜਾ ਇਹਨਾਂ ਦਾ ਅਕਸ ਜਿਹੜਾ ਅਕਸ ਪਿੰਡ ਦੇ ਵਿੱਚ ਇਹਨਾਂ ਨੇ ਜਿਹੜਾ ਵਿਆਹ ਕੀਤਾ ਸਭ ਕੁਝ ਕੀਤਾ ਜਿਹੜਾ ਇਹਨਾਂ ਦਾ ਗ੍ਰਾਫ ਇਹਨਾਂ ਦਾ ਜਿਹਨਾਂ ਦਾ ਇੱਜ਼ਤ ਮਾਨ ਜਿਹੜਾ ਘੱਟਿਆ ਪਿੰਡ ਦੇ ਵਿੱਚ ਉਹ ਵਾਪਸ ਲੈ ਆਏਗੀ ਤੇਰਾ ਪਿਓ ਜਵਾਬ ਦੇ ਤੂੰ ਜਵਾਬ ਦੇ ਇਸ ਗੱਲ ਦਾ 40 ਦੇ ਦਿੰਦੇ ਅਸੀਂ 40 ਲੱਖ ਦੇ ਦਿੰਦੇ 40 ਲੱਖ ਰੁਪਈਆ ਦੇ ਦਾਂਗੇ ਹੁਣ ਇਹ ਗੱਲ ਕਹਿੰਦੇ ਆ 25 ਲੱਖ ਰੁਪਈਆ ਲਾਇਆ ਮੁੰਡਾ ਡਿਪਰੈਸ਼ਨ 'ਚ ਆ ਪਿੰਡ ਦੇ ਵਿੱਚ ਵੀ ਬੇਇੱਜ਼ਤੀ ਰਿਸ਼ਤੇਦਾਰਾਂ ਦੇ ਵਿੱਚ ਵੀ ਬੇਇੱਜ਼ਤੀ ਠੀਕ ਆ ਫਿਰ ਸਾਡੇ ਨੌਜਵਾਨ ਖੁਦਕੁਸ਼ੀਆਂ ਦੇ ਰਾਹ ਪੈਂਦੇ ਆ ਪਰ ਬਹੁਤ ਵੱਡੀ ਗਲਤੀ ਹੈ ਜੇ ਕੁੜੀ ਅੱਜ ਇੱਦਾਂ ਬੋਲ ਰਹੀ ਹੈ ਤੇ ਜਿੰਨਾ ਚਿਰ ਬਾਹਰ ਰਹੀ ਹੋਊਗੀ ਕਿੰਨੀ ਕੁ ਗੱਲ ਕੀਤੀ ਹੋਊ ਮੈਂ ਇਹ ਨਹੀਂ ਕਹਿੰਦਾ ਵੀ ਸਾਰੀਆਂ ਕੁੜੀਆਂ ਦੇ ਫੈਮਿਲੀਆਂ ਮਾੜੀਆਂ ਜਾਂ ਕੁੜੀਆਂ ਮਾੜੀਆਂ ਮੁੰਡੇ ਵੀ ਇਸ ਤਰ੍ਹਾਂ ਕਰ ਦਿੰਦੇ ਆ ਪਰ ਜੇ ਤੁਸੀਂ ਆਪ ਜਾਣਾ ਚਾਹੁੰਦੇ ਹੋ ਕੁੜੀਆਂ 'ਚ ਮੁੰਡਾ ਆਪਦੇ ਪੈਰਾਂ
उन्होंने मुंडा डिप्रैशन च कि फर्ज नहीं बनता से भी तुम इतने आके आपके हसबैंड विचरते जाते सॉरी फील करते थोड़ा फर्ज नहीं सी सॉरी कि ਕਿਹੜੀ ਗੱਲ ਦੀ ਸੌਰੀ ਮੰਗਾਂ ਮੈਂ ਜਦੋਂ ਮੈਂ ਆਈ ਗਈ ਹਾਂ ਬੈਠ ਕੇ ਗੱਲ ਕਰ ਲਾਂਗੇ ਇਹਨਾਂ ਨੇ ਗੱਲ ਹੀ ਨਹੀਂ ਕੀਤੀ ਇਹਨਾਂ ਨੇ ਤਾਂ ਆਉਂਦੇ ਸਾਰ ਮੇਰੇ ਬੈਗ ਦੇ ਵਿੱਚੋਂ ਚੋਰੀ ਹੋ ਪਾਸਪੋਰਟ ਕੱਢਿਆ ਨੂੰ ਪੁੱਛੋ ਆਹ ਗੱਲ ਇਹ ਮੈਂ ਕਰਨੀ ਚਾਹੁੰਦਾ ਸੀ ਇਹਨਾਂ ਕੋਲੇ ਹੋਰ ਕੋਈ ਰਾਹ ਨਹੀਂ ਬਚਿਆ ਸੀਗਾ ਦੋ ਸਾਲ ਇਸ ਕੁੜੀ ਨੇ ਪੜ੍ਹਾਈ ਕੀਤੀ ਇਹ ਮੇਰੇ ਕੋਲ ਆਉਂਦੇ ਰਹੇ ਇਹਨਾਂ ਦਾ ਮੁੰਡਾ ਸਾਡੇ ਜਵਾਕਾਂ ਦੇ ਨਾਲ ਸਾਡੇ ਮੁੰਡਿਆਂ ਦੇ ਨਾਲ ਉਹਦਾ ਜਾਣ ਆਉਣਾ ਉਹ ਜਦੋਂ ਕਿਤੇ ਆ ਕੇ ਬੈਠਦਾ ਸੀ ਆ ਕੇ ਗੱਲਬਾਤ ਕਰਦਾ ਸੀ ਉਹਦਾ ਚਿਹਰਾ ਹਮੇਸ਼ਾ ਉਤਰਿਆ ਹੁੰਦਾ ਮੁੰਡੇ ਦਾ ਜੇ ਕਦੇ ਉਹਦੇ ਮੂਹਰੇ ਚਾਹ ਰੱਖਦੀ ਆ ਨਾਲ ਦੇ ਪੀ ਲੈਂਦੇ ਚਾਹ ਨਹੀਂ ਪੀਂਦਾ ਕਹਿੰਦਾ ਨਹੀਂ ਮੈਂ ਪੀ ਕੇ ਆਇਆ ਸੀ ਮੇਰਾ ਮਨ ਨਹੀਂ ਡਿਪਰੈਸ਼ਨ ਦਿਸਦੀ ਹੁੰਦੀ ਆ ਸਾਫ ਉਹਨੇ ਇਹ ਗੱਲਾਂ ਕਰਨੀਆਂ ਕਿ ਮੇਰੇ ਨਾਲ ਗੱਲ ਘੱਟ ਕਰਦੀ ਹੈ ਮੇਰੇ ਘਰ ਵਾਲੀ ਮੈਨੂੰ ਮੈਂ ਉਹਨੂੰ ਕਹਿੰਦਾ ਕਹਿੰਦੀ ਮੈਂ ਕੰਮ 'ਤੇ ਹਾਂ ਮੈਂ ਮੇਰਾ ਪੀਰੀਅਡ ਚੱਲੀ ਜਾਂਦਾ ਮੇਰੀ ਔਨਲਾਈਨ ਕਲਾਸ ਹੈ ਮੇਰਾ ਜੇ ਸੌ ਤਰ੍ਹਾਂ ਦੀਆਂ ਗੱਲਾਂ ਉਹ ਉਦੋਂ ਤੋਂ ਮੁੰਡਾ ਦੱਸਦਾ ਹੁੰਦਾ ਸੀ ਜਿਹੜੀਆਂ ਕੁੜੀਆਂ ਦੇ ਜਿਹੜੇ ਮਾਪਿਆਂ ਦੇ ਮਨ 'ਚ ਇਮਾਨਦਾਰੀ ਹੁੰਦੀ ਹੈ ਕਿ ਅਸੀਂ ਕਿਸੇ ਦਾ ਪੈਸਾ ਲਵਾਇਆ ਅਸੀਂ ਕਿਸੇ ਦੀ ਜ਼ਮੀਨ ਜਾਇਦਾਦ ਫੂਕੀ ਹੈ ਫੁਕਵਾਈ ਹੈ ਅਸੀਂ ਆਪਦੇ ਬੱਚੇ ਦੇ ਕੈਰੀਅਰ ਦੀ ਖਾਤਰ ਜੇ ਇੰਨੀ ਅਣਖਾਲੀ ਸੀ ਅੱਜ ਇਹ 40 ਲੱਖ ਮੋੜਦੇ ਆ ਚੱਲ ਠੀਕ ਹੈ ਮੈਂ ਵਿੱਚ ਬੈਠਾ ਮੈਂ ਨਾ ਮਿਹਨਤ ਤਰਲਾ ਕਰਕੇ 40 ਨਹੀਂ ਮੈਂ ਜੇ 25 ਲੱਗਿਆ 27 ਲੱਗਿਆ 28 ਲੱਗਿਆ ਸਿਰਫ ਉਹਦੇ ਇਹਨਾਂ ਦੇ ਨੁਕਸਾਨ ਅਤੇ ਇਹਨਾਂ ਦੇ ਵਿਆਜ ਸਮੇਤ ਮੈਂ ਵਾਪਸ ਕਰਵਾਊਂਗਾ ਇੰਨੀ ਜ਼ਰੂਰਤ ਮੈਂ ਰੱਖਦਾ ਪਰ ਅੱਜ ਇਹ ਹਵਾ 'ਚ ਗੱਲਾਂ ਕਰਦੇ ਆ ਕੱਲ੍ਹ ਇਹਨਾਂ ਦੀ ਇਹ ਜ਼ਰੂਰਤ ਕਿੱਥੇ ਗਈ ਸੀ ਕੱਲ੍ਹ ਨਾ ਲਾਇਆ 25 ਲੱਖ ਰੁਪਈਆ ਉਹਨੇ ਨਹੀਂ ਸਰਪੰਚ ਸਾਹਿਬ ਕੋਈ 25 ਲੱਖ ਨਹੀਂ ਲੈਣਾ ਕੋਈ 30 ਲੱਖ ਨਹੀਂ ਲੈਣਾ ਕੋਈ 40 ਲੱਖ ਨਹੀਂ ਲੈਣਾ ਪਾਸਪੋਰਟ ਨਹੀਂ ਦੇਣਾ ਇਹ ਨਾ ਹੋਊਗਾ ਇਹ ਦੁਬਾਰੇ ਜਾ ਜਾ ਮੈਂ ਸਹਿਮਤ ਹਾਂ ਇਹ ਗੱਲ ਤੁਸੀਂ ਪੁੱਛੀ ਇਹ ਗੱਲ ਤੁਸੀਂ ਪੁੱਛੀ ਸੀ ਪਾਸਪੋਰਟ ਜਦੋਂ ਇਹਨੇ 6 ਮਹੀਨੇ ਨਹੀਂ ਬੁਲਾਇਆ ਸਾਲ ਨਹੀਂ ਬੁਲਾਇਆ ਕਰਦੇ ਨੇ ਪੜ੍ਹਾਈ ਪੂਰੀ ਕਰ ਲਈ ਵਰਕ ਪਰਮਿਟ ਲੈ ਲਿਆ ਇਹ ਬੇਸ਼ੱਕ ਮੰਨਣ ਬੇਸ਼ੱਕ ਨਾ ਮੰਨਣ ਸਾਨੂੰ ਇੱਥੋਂ ਤੱਕ ਵੀ ਰਿਪੋਰਟ ਆਈ ਹੈ ਕਿਉਂਕਿ ਸਾਡਾ ਤਾਂ ਹਰ ਇੱਕ ਪਿੰਡ ਦੇ ਵਿੱਚ ਜਿਹੜਾ ਸਰਕਲ ਹਰ ਇੱਕ ਵਿਚਰਨ ਵਾਲੇ ਬੰਦੇ ਨਾਲ ਸਾਡਾ ਸਰਕਲ ਹੈ ਜਿੰਨਾ ਮੈਂ ਪਤਾ ਕੀਤਾ ਇਹਨੂੰ ਪੁੱਛ ਕੇ ਵੇਖੋ ਇਹ ਮੰਨੇ ਕਿ ਨਾ ਮੰਨੇ ਜਾਂ ਮਾਂ ਪਿਓ ਮੰਨੇ ਕਿ ਨਾ ਮੰਨੇ ਇਹਨੇ ਆਪਦੇ ਮਾਂ ਪਿਓ ਦੇ ਵੀਜ਼ੇ ਲਵਾ ਲਏ ਹੈ ਕੁੜੀ ਨੇ ਆਪਦੇ ਸਹੀ ਗੱਲ ਹੈ ਸਹੀ ਗੱਲ ਹੈ ਤੇ ਉਹ ਤਾਂ ਲੱਗ ਜਾਂਦੇ ਨੇ ਨਾ ਫੈਮਿਲੀ ਉਸ ਤੇ ਫੈਮਿਲੀ ਮੁੰਡੇ ਦਾ ਕਿਉਂ ਨਹੀਂ ਲੱਗਿਆ ਮੁੰਡੇ ਦੇ ਪੇਪਰ ਕਿਉਂ ਨਹੀਂ ਭੇਜੇ ਕੁੜੀਆ ਨਹੀਂ ਲੱਗੇ ਮੁੰਡੇ ਦੇ ਪੇਪਰ ਕਿਉਂ ਨਹੀਂ ਭੇਜੇ ਵੀਜ਼ਾ ਲੱਗ ਗਿਆ ਤੁਹਾਡਾ ਜੀ ਉਹ ਤਾਂ ਫਿਰ ਲੱਗ ਜਾਂਦਾ ਜੀ ਵੀਜ਼ਾ ਕੁੜੀ ਨੇ ਆਪਦੇ ਮਾਂ ਪਿਓ ਦਾ ਵੀਜ਼ਾ ਜਿਹੜਾ ਲਵਾ ਲਿਆ ਆਪਦੇ ਹਸਬੈਂਡ ਦਾ ਵੀਜ਼ਾ ਨਹੀਂ ਲਵਾਇਆ ਮੁੰਡੇ ਵਾਲਾ ਪਰਿਵਾਰ ਰੋਂਦਾ ਪਰ ਮੁੰਡੇ ਦੇ ਪਰਿਵਾਰ ਨੇ ਜਿੱਦ ਕਰ ਲਈ ਹੈ ਵੀ ਅਸੀਂ ਕੁੜੀ ਦਾ ਪਾਸਪੋਰਟ ਨਹੀਂ ਦੇਵਾਂਗੇ ਜੇ ਸਾਡਾ ਪੁੱਤ ਜਹਾਜ਼ ਨਹੀਂ ਚੜਿਆ ਤਾਂ ਕੁੜੀ ਇਹਨਾਂ ਦੀ ਵੀ ਜਹਾਜ਼ ਹੈ ਜਿਹੜੀ ਉਹ ਨਹੀਂ ਚੜੂਗੀ ਕਿਉਂਕਿ ਮਾਮਲਾ ਗੰਭੀਰ ਆ ਤੁਸੀਂ ਇਹ ਦੱਸਣਾ ਬਹੁਤ ਸਾਰੇ ਪੰਜਾਬ ਦੇ ਵਿੱਚ ਇੱਦਾਂ ਦੇ ਹਾਲਾਤ ਹੁੰਦੇ ਜਾ ਰਹੇ ਆ ਪਰ ਮੈਂ ਕਹਿੰਦਾ ਜਿਹੜੇ ਬੰਦਿਆਂ ਨੇ ਤੁਸੀਂ ਜਿੱਥੇ ਰਿਸ਼ਤਾ ਜੋੜਦੇ ਹੋ ਜਾਂ ਤਾਂ ਪਹਿਲਾਂ ਚਾਹੇ ਮੁੰਡੇ ਵਾਲੇ ਉਹ ਵੀ ਸੌਦੇਬਾਜ਼ੀ ਕਰਨ ਤੋਂ ਕੁਛ ਨਾ ਕੁਛ ਸੰਕੋਚ ਕਰਨ ਕਿਉਂਕਿ ਇੱਥੇ ਇਕੱਲਾ ਨਿਰਾਪੁਰਾ ਵਿਚੋਲਿਆਂ ਦਾ ਕਸੂਰ ਕੱਢ ਦੇਣਾ ਵੀ ਵੱਡੀ ਗਲਤੀ ਆ ਇਹਨਾਂ ਨੂੰ ਜਦੋਂ ਪੈਸਿਆਂ ਦੀ ਲੋੜ ਸੀ ਇਹਨਾਂ ਨੇ ਇਹਨਾਂ ਮੂਹਰੇ ਹੱਥ ਅੱਡੇ ਪੈਸੇ ਲੈ ਕੇ ਸਾਰਾ ਕੁਛ ਭੁੱਲ ਗਏ ਰੰਗ ਬਦਲ ਗਏ ਅੱਜ ਉਹਨਾਂ ਨੂੰ ਲੋੜ ਸੀ ਉਹਨਾਂ ਨੇ ਵੀ ਇਹਦੇ ਬਾਹਰ ਜਾਣ ਤੋਂ ਬਾਅਦ ਇਹਨਾਂ ਦੀਆਂ ਮਿੰਨਤਾਂ ਤਰਲੇ ਕੀਤੇ ਉਦੋਂ ਇਹਨਾਂ ਨੇ ਕੋਈ ਗੱਲ ਕੁੜੀ ਨੇ ਇਹਨਾਂ ਦੀ ਨਹੀਂ ਸੁਣੀ ਅਤੇ ਹੁਣ ਇਹਨਾਂ ਨੇ ਪਾਸਪੋਰਟ ਰੱਖ ਲਿਆ ਹੁਣ ਜਿਹੇ ਜਿਹੇ ਹਾਲਾਤ ਇਹਨੇ 2 ਸਾਲ ਇਹਨਾਂ ਦੇ ਪੁੱਤ ਦੇ ਜਾਂ ਇਹ ਪਰਿਵਾਰ ਦੇ ਬਣਾਏ ਸੀ ਅੱਜ ਮੁੰਡੇ ਵਾਲਿਆਂ ਨੇ ਕੁੜੀ ਵਾਲਿਆਂ ਦੇ ਉਹ ਹਾਲਾਤ ਆ ਜਿਹੜੇ ਤੁਹਾਡੇ ਸਾਹਮਣੇ ਬਣਾ ਤੇ ਮੈਂ ਹੋਰ ਕਲੀਅਰ ਕਰ ਦਿਆਂ ਜੀ ਵਧੀਆ ਕੀਤਾ ਇਹਨਾਂ ਨੇ ਕਿ ਸਿਆਣੀ ਸੋਚ ਵਰਤ ਗਏ ਆ ਪਰ ਇਹਨੂੰ ਬੁਲਾਉਣ ਪਿੱਛੇ ਇਹਨਾਂ ਦਾ ਕਿੰਨਾ ਜ਼ੋਰ ਲੱਗਿਆ ਉਹ ਮੈਂ ਜਾਣਦਾ ਇਹ ਹਰ ਵਾਰੀ ਸਲਾਹ ਮਸ਼ਵਰਾ ਕਰਦੇ ਸੀ ਕੱਲ੍ਹ ਨੂੰ ਸਰਪੰਚ ਸਾਹਿਬ ਕੋਈ ਗੱਲ ਖੜੀ ਹੋਈ ਅਸੀਂ ਤਾਂ ਪਾਸਪੋਰਟ ਕੁੜੀ ਨੂੰ ਬੁਲਾ ਕੇ ਰੱਖ ਲਾਂਗੇ ਮੈਂ ਕਿਹਾ ਜਦੋਂ ਉਹਨਾਂ ਨੇ ਤੁਹਾਡੀ ਪਰਵਾਹ ਨਹੀਂ ਕੀਤੀ ਅੱਜ ਇਹ ਮੈਨੂੰ ਪਤਾ ਡੀਂਗਾ ਇਸ ਗੱਲ 'ਤੇ ਮਾਰਦੇ ਆ ਅੱਜ ਇਹ 25 ਲੱਖ ਦੀ ਥਾਂ 40 ਲੱਖ ਦੀ ਗੱਲ ਇਹ ਸਰਦਾਰ ਸਾਹਿਬ ਤਾਂ ਕਰਦੇ ਆ ਕੁੜੀ ਦੇ ਫਾਦਰ ਸਾਹਿਬ ਵੀ ਇਹਨਾਂ ਨੂੰ ਪਤਾ ਵੀ ਜਿੰਨਾ ਚਿਰ ਕੁੜੀ ਇੱਥੇ ਬੈਠੀ ਹੈ ਪਾਸਪੋਰਟ ਕੁੜੀ ਦੇ ਕੋਲ ਨਹੀਂ ਵਰਕ ਪਰਮਿਟ ਕੁੜੀ ਦਾ ਖਤਮ ਹੋਊਗਾ ਉਸ ਤੋਂ ਬਾਅਦ ਇਹਦਾ ਸਟੇਟਸ ਲੀਗਲ ਨਹੀਂ ਰਹਿਣਾਗਾ ਜਿੰਨਾ ਚਿਰ ਕੁੜੀ ਕੈਨੇਡਾ ਨਹੀਂ ਜਾਂਦੀ ਉਹਨਾਂ ਚਿਰ ਮਾਂ ਪਿਓ ਨਹੀਂ ਜਾ ਸਕਦੇ ਇਸ ਕਰਕੇ 25 ਥਾਂ 40 ਦੇਣ ਨੂੰ ਤਿਆਰ ਹੈ ਨਹੀਂ ਤਾਂ ਮੈਨੂੰ ਪਤਾ ਇਹ ਸ਼ਾਇਦ 25,000 ਵੀ ਨਾ ਮੋੜਦੇ ਜੇ ਪਾਸਪੋਰਟ ਇਹਨਾਂ ਨੇ ਕਾਬੂ ਨਾ ਕੀਤਾ ਹੁਣ ਤੁਸੀਂ ਦੱਸੋ ਤੁਹਾਡਾ ਕੀ ਫੈਸਲਾ ਵੀ ਕੀ ਤੁਸੀਂ ਮੁੰਡੇ ਨੂੰ ਆਪਦੇ ਜਵਾਈ ਨੂੰ ਲਿਜਾਣਾ ਚਾਹੁੰਦੇ ਹੋ ਜਾਂ ਸਿਰਫ ਇਕੱਲਾ ਪਾਸਪੋਰਟ ਲੈਣਾ ਨਹੀਂ ਪਾਸਪੋਰਟ ਦੇਣ ਇਹਨੂੰ ਕੁੜੀਆਂ ਨੂੰ ਬਾਹਰ ਜਾਣ ਦਿਓ ਫਿਰ ਕੋਈ ਮੁੰਡੇ ਨੂੰ ਲੈ ਕੇ ਜਾਵਾਂਗੇ ਅਸੀਂ ਸੱਦਾਂਗੇ ਉੱਧਰ ਇਹਨਾਂ ਦਾ ਫੈਸਲਾ ਕੁੜੀ ਦੇ ਪਰਿਵਾਰ ਦਾ ਵੀ ਹਜੇ ਵੀ ਸਾਨੂੰ ਸਾਡਾ ਇੱਕ ਵਾਰ ਪਾਸਪੋਰਟ ਆ ਜਿਹੜਾ ਉਹ ਦਵਾ ਦਿੱਤਾ ਜਾਵੇ ਪਾਸਪੋਰਟ ਆ ਜਿਹੜਾ ਸਾਡਾ ਸਾਨੂੰ ਦਵਾ ਦਿੱਤਾ ਜਾਵੇ ਅਸੀਂ ਉਸ ਤੋਂ ਬਾਅਦ ਕੁੜੀ ਚਲੀ ਜਾਊਗੀ ਅਤੇ ਅਸੀਂ ਮੁੰਡੇ ਨੂੰ ਜਿਹੜਾ ਉਸ ਤੋਂ ਬਾਅਦ ਅਸੀਂ ਉਹ ਲੈ ਕੇ ਜਾਵਾਂਗੇ ਲਾਸਟ 'ਤੇ ਮੈਂ ਇੱਕ ਗੱਲ ਆ ਜਿਹੜੇ ਬਾਪੂ ਜੀ ਨੂੰ ਪੁੱਛੂੰਗਾ ਕੁੜੀ ਵਾਲੇ ਕਹਿ ਰਹੇ ਸਾਡਾ ਪਾਸਪੋਰਟ ਆ ਜਿਹੜਾ ਦੇ ਦਿਓ ਅਸੀਂ ਤੁਹਾਡੇ ਮੁੰਡੇ ਨੂੰ ਜਿਹੜਾ ਲੈ ਪਾਸਪੋਰਟ ਨਹੀਂ ਇਹ ਉਹਨਾਂ ਚਿਰ ਦਿੰਦੇ ਜਿੰਨਾ ਚਿਰ ਮਤਲਬ ਸਾਡਾ ਕੋਈ ਕਲੀਅਰ ਨਹੀਂ ਹੁੰਦਾ ਨਾ ਕੰਮ ਉਹਨਾਂ ਚਿਰ ਪਾਸਪੋਰਟ ਕੋਈ ਕਾਗਜ਼ ਪੱਤਰ ਨਹੀਂ ਬਣਾਇਆ ਤੁਹਾਡੇ ਬੇਟੇ ਨੇ ਨਾ ਜੀ ਨਾ ਕੋਈ ਸਾਨੂੰ ਤਾਂ ਰੋਲਤਾ ਜੀ ਇਹਨਾਂ ਨੇ ਜੀ ਮਾਤਾ ਜੀ ਨਹੀਂ ਅਸੀਂ ਪਾਸਪੋਰਟ ਨਹੀਂ ਦਿੰਦੇ ਜਦੋਂ ਇਹਨੇ 2.5 ਸਾਲਾਂ 'ਚ ਨਹੀਂ ਸਾਡੇ ਬੇਟੇ ਨੂੰ ਬਾਹਰ ਬੁਲਾਇਆ ਇਹ ਪਾਸਪੋਰਟ ਲੈਣ ਦੀਆਂ ਸਭ ਇਹਨਾਂ ਦੀਆਂ ਗੱਲਾਂ ਵੀ ਮੈਂ ਪਾਸਪੋਰਟ ਲੈ ਕੇ ਚਲੀ ਜਾਊਂਗੀ ਬਾਅਦ 'ਚ ਇਹਨੇ ਕਦੋਂ ਬੁਲਾਉਣਾ ਜਦੋਂ ਹੁਣ ਨਹੀਂ ਬੁਲਾਇਆ ਪਾਸਪੋਰਟ ਅਸੀਂ ਨਹੀਂ ਦਿੰਦੇ
जी बिलकुल पिंड के लोग भी इतने गवाही दे रहे भी जो कुड़ी ने सही नहीं किया जी की कहोगे सरपंच साहब थोड़ा हुण की फैसला इस गल नहीं मैं तो देखो मेरी पंचायत खड़ी है देखो सारे मेरे सूझवान बंदे खड़े हैं आ जाओ तुम मेंबर साहब आ जाओ ठीक है क्योंकि हाजिरी सी सारे की देखो सारे सूझवान बंदे मैं इन्हों सारे बिठा के सलाह करूंगा शक की सूई कली शक की नहीं भी शक यकीन च बदल चुकिया गल बिल्कुल क्लीयर हो चुकी है कुड़ी दी सामने इस कुड़ी राही मुंडा बाहर नहीं जाऊगा इन्हों की गल वाकया सही है कि एक बार पासपोर्ट लैन तक इन्हों का मकसद है मैं साड़ी तो गल चलती है जिदन का इन्होंने बुला लिया ना तो उदों मैंबर सारे मैंबर गल चलती है तो यह कहें भी हम देखो की होना चाहिए पर इन्हों की एको गल है कि कहते साडा डेढ़ किला जाना सी गया असी डेढ़ किले तो बाद आपका पुत नहीं गवाना चाहते असी पासपोर्ट वापस नहीं देना साडा मुंडा भी इतने रहूगा इन्हों की कुड़ी भी इतने रहूगी हजे तक इन्हों का यह फैसला है अगों हम देखा कि सोल्यूशन ने मुकती मुकती गल मैं जाता जाता कि इस तरह जे तू कुड़ी ना कर दी तैनू नहीं लगता सी वह भी परिवार सुखी हुंदा ते तेरा परिवार भी सुखी हुंदा चलो इन्हां नूं तुसीं कहो है ना तुसीं आए हो बहुत धन्यवाद थोड़ा तुसीं भी टाइम कढ़िया जे पासपोर्ट दे दिंदे है दैन आई विल ट्राई फिर उस तो बाद मतलब पेपर रेडी करवा के उन्हां नूं लै जांगी नाल ते पासपोर्ट दे जदों तू अपने बेबे बापू दा अपने मदर फादर दा वीज़ा लवाया कि उदो तुहाडे ख्याल च नहीं सी वी मैं आपदे हसबैंड दे कुछ चीज़ां रेडी करनियां उदा ही वीज़ा अप्लाई करना वह मेरे पेरेंट्स है वह मेरे लिए सब तो पहला ने ये सब तो बाद ने मेरे लिए ठीक है इन्होंने मेरे ते पैसे लाए मैं इस गल ना अग्री हाँ ठीक है कि इन्होंने मेरे ते बहुत खर्च किया लेकिन सब तो पहला देखो साढ़े को सारी उम्र पई है जीवन वास्ते है ना लेकिन जेडे ये बुढ़े हड ने ठीक है इन्हों का कोई भरोसा नहीं है पलदा वसा नहीं है इस करके मैं पहला इन्होंने सोचा उस तो बाद दिन हूँ मैं श्योर आने क्लीयर कर दिता पंचायत ने भी तेरे सहरे परिवार ने साडा मुंडा भी इत्थे रहूगा ते पासपोर्ट भी असी नहीं देवांगे नहीं 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 देखो इन्हां तो पासपोर्ट प्लीज़ तुसी मैनू मतलब इन्हां नू रिक्वेस्ट कर दिया है ना मैं सॉरी आ ते पासपोर्ट जेकर ही मेरा दे दिंदे आ दैन मतलब उस तो जिहड़ा नैक्सट प्रोसैस आ वो आपां कर लांगे कोई वड्डी गल नहीं ना बेटा जी अज पासपोर्ट ना तैनू कल इत्थे ही मेरा बेटा रहूगा ते इत्थे ही तू रहेगी डेढ़ किला वेचता ते डेढ़ रह गया हुण उसे दे विच कमाई करनी पऊगी जी तुहाडा भी की कहना जी पासपोर्ट दवा देना जा बढ़ूगी ले जाएंगे असं मामला गंभीर सी थोड़े सामने पर कुड़ी दे परिवार ने अपनी जिद नहीं छड़ी वो हले भी उस गल ते अड़े आ हुण कहिंदे आ भी असीं लै जाएंगे ट्राई करांगे पर हजे पर कुड़ी मुंडे दे परिवार ने कहता भी जे साडा भी सारा कुछ गया तो कुड़ी भी इत्थे जाके बसू होना भी इह चाहिए जिवें जिहो जी करनी वैसे भरनी ये गल पक्की आ जिहो जिहे मामले इदां दे आ रहे आ फिर जिहो जिहा तुसीं करोगे उहो जिहा तुहानूं भरना पैना इस करके मैं कहना जिहड़ा कोई पैसे लाउंदा पिछलियां नूं भी चेते रख्या करो तो पैसे लाउण तो पहलां 100 बार सोचा करो जे 25 लाख इन्हां ने इत्थे लाया उही कुछ मैं कहना भला 1 लाख रुपया खर्चा करदे आपदे पुत्त ते उहनूं चंगी पढ़ाई यही आ एक वारी क्लीयर ना करता 2 वारी 4 वारी कितने तो क्लीयर करता ना जदों लग्या रहिंदा बंदा उद्यम करता सक्सैस हो जाता पर बहुत सारे मामले इदां दे जिहड़े आ रहे आ थोड़ा इस मामलों के बारे की कहना कमेंट करके दस्यो जुड़े रहो मेरे नाल जसकरन सिंह मलूका धन्यवाद जी।